साडे साथी अनमोल गुलाटी ने मिल्खा सिंह नूं लैके हरियाणा दे खेड मंत्री समदीप सिंह नाल खास गलबात कीती। की कहना उन्हां दा सुनो। ਸਾਡੇ ਨਾਲ ਮੌਜੂਦ ਨੇ ਸੰਦੀਪ ਸਿੰਘ ਜੀ। ਸੰਦੀਪ ਜੀ, ਕਿਹੋ ਜਿਹਾ ਮੌਕਾ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵੱਡਾ ਘਾਟਾ ਪੂਰੇ ਦੇਸ਼ ਦੇ ਲਈ ਮੰਨਿਆ ਜਾ ਸਕਦਾ, ਕਿਉਂਕਿ ਯੂਥ ਦੇ ਲਈ ਬਹੁਤ ਵੱਡੀ ਇੱਕ ਇਨਸਪੀਰੇਸ਼ਨ ਸੀਗੀ ਉਹਨਾਂ ਦੀ ਸਟੋਰੀ, ਔਰ ਤੇ ਹੁਣ ਵੀ ਜਿਸ ਤਰੀਕੇ ਨਾਲ ਇੰਨੀ ਏਜ ਦੇ ਵਿੱਚ ਵੀ ਰਨਿੰਗ ਕਰਦੇ ਸੀਗੇ, ਜੋਗਿੰਗ ਕਰਦੇ ਸੀਗੇ ਯੰਗਸਟਰਸ ਨੂੰ, ਮੇਰੇ ਅੱਗੇ ਦੀ ਗੱਲ ਹੈ ਕਿ ਉਹਨਾਂ ਨੇ ਇਨਸਪਾਇਰ ਕੀਤਾ, ਕਿਹੋ ਜਿਹਾ ਘਾਟਾ ਲੱਗਦਾ ਤਾਂ? ਬਹੁਤ ਵੱਡਾ ਘਾਟਾ ਜੀ। ਸੰਦੀਪ ਸਿੰਘ ਨੂੰ ਇੱਕ ਸੂਰਮਾ ਤੱਕ ਪਹੁੰਚਾਉਣ ਲਈ ਇੱਕ ਇਨਸਪੀਰੇਸ਼ਨ ਜਿਹੜੀ ਸੀ ਉਹ ਇੱਕ ਤਰੀਕੇ ਦੀ ਮਿਲਖਾ ਸਿੰਘ ਕੋਲੋਂ ਮਿਲੀ, ਕਿਉਂਕਿ ਮਿਲਖਾ ਸਿੰਘ ਦੀ ਜਿਹੜੀ ਜਰਨੀ ਸੀ ਸ਼ੁਰੂਆਤ 'ਚ, ਮਿਲਖਾ ਭਾਗ ਤਾਂ ਬਹੁਤ ਬਾਅਦ 'ਚੋਂ ਆਈ ਹੈ। ਤੁਸੀਂ ਜਿਹੜੀ ਉਹਨਾਂ ਦੀ ਜਰਨੀ ਅਗਰ ਪੜ੍ਹੋ, ਉਹਨਾਂ ਦੀ ਹਿਸਟਰੀ ਪੜ੍ਹੋ, ਤਾਂ ਉਹ ਚੀਜ਼ ਮੈਂ ਜਦੋਂ ਬਚਪਨ 'ਚ ਪੜ੍ਹਦਾ ਸੀ, ਜਿਵੇਂ ਮਿਲਖਾ ਸਿੰਘ ਸੀ, ਪੀਟੀ ਊਸ਼ਾ ਸੀ, ਹਾਕੀ ਦੇ ਵਿੱਚ ਜਨਰਾਜ ਪਿੱਲੇ, ਧਿਆਨ ਚੰਦ, ਐਵੇਂ ਦੇ ਪਲੇਅਰਾਂ ਦੀ ਜਦੋਂ ਮੈਂ ਜਰਨੀ ਪੜ੍ਹਦਾ ਸੀ, ਤਾਂ ਮੈਨੂੰ ਅੱਜ ਵੀ ਮੈਨੂੰ ਗੂਸਬੰਬ ਆਉਂਦੇ ਉਹਨਾਂ ਦੀ ਸਟੋਰੀ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਆਉਂਦੀ ਹੈ। ਅਤੇ ਮਿਲਖਾ ਸਿੰਘ ਨੇ ਮੇਰੇ ਵਰਗੇ ਸੈਂਕੜੋ ਐਵੇਂ ਦੇ ਪਲੇਅਰਾਂ ਨੂੰ ਇੰਸਪਾਇਰ ਕੀਤਾ, ਮੋਟੀਵੇਟ ਕੀਤਾ, ਔਰ ਨਾਲ ਨਾਲ ਐਵੇਂ ਦੇ ਯੰਗਸਟਰਸ ਯੂਥ ਨੂੰ ਇੰਸਪਾਇਰ ਕੀਤਾ, ਜਿਹਦੇ ਨਾਲ ਕਿ ਕਈ ਪਲੇਅਰ ਜਿਹੜੇ ਨੇ ਫੀਲਡ ਤੱਕ ਪਹੁੰਚੇ, ਫਿਟਨੈਸ ਤੱਕ ਪਹੁੰਚੇ। ਜਿਹੜੀ ਤੁਸੀਂ ਫਿਟਨੈਸ ਦੀ ਗੱਲ ਕਰ ਰਹੇ ਹੋ, ਤਾਂ ਆਖਰੀ ਏਜ ਤੱਕ ਉਹ ਯੋਗਾ, ਗੋਲਫ ਅਤੇ ਆਪਣੇ ਆਪ ਨੂੰ ਫਿਟ ਦੇ ਫਿਟਨੈਸ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਸੀ। ਬਟ ਇੱਕ ਬਹੁਤ ਵੱਡਾ ਘਾਟਾ ਆ ਖੇਡ ਜਗਤ ਦੇ ਲਈ ਅਤੇ ਯੰਗਸਟਰਸ ਦੇ ਲਈ, ਕਿ ਇੰਨੇ ਵੱਡੇ ਮੋਟੀਵੇਸ਼ਨਲ ਇਨਸਾਨ ਨੂੰ ਅਸੀਂ ਅੱਜ ਖੋ ਦਿੱਤਾ। ਕਿਹਾ ਜਾ ਸਕਦਾ ਸੰਦੀਪ ਸਿੰਘ ਜੀ ਕਿ ਜਿਹੜੀ ਸਪੋਰਟਸਮੈਨ ਸੀਗੇ, ਕਿਉਂਕਿ ਤਾਂ ਸਪੋਰਟਸਮੈਨ ਸਪਿਰਿਟ ਪੂਰੀ ਸੀਗੀ, ਆਪਣੇ ਆਖਰੀ ਸਾਹ ਜਿਹੜੇ ਸੀਗੇ ਉਦੋਂ ਤੱਕ ਲੜਾਈ ਜਿਹੜੀ ਕੀ ਹੈ ਉਹ ਲੜਦੇ ਰਹੇ ਮਿਲਖਾ ਸਿੰਘ? ਦੇਖਿਓ ਜੀ, ਵਿਲ ਪਾਵਰ ਬਹੁਤ ਉਹਨਾਂ ਦੀ ਬਹੁਤ ਜ਼ਿਆਦਾ ਸੀ, ਅਤੇ ਵਿਲ ਪਾਵਰ ਕਰਕੇ ਉਹਨਾਂ ਨੇ ਆਖਰੀ ਸਾਹ ਤੱਕ ਉਹਨਾਂ ਨੇ ਫਾਈਟ ਕੀਤਾ। ਅਨਫੋਰਚੁਨੇਟਲੀ ਉਹ ਮਤਲਬ ਜ਼ਿਆਦਾ ਸਾਡੇ ਨਾਲ ਨਹੀਂ ਰਹਿ ਸਕੇ। ਤੁਹਾਡੀ ਕਿਹੜੀ ਕਿਹੜੀ ਯਾਦਾਂ ਨੇ ਜੁੜੀਆਂ ਹੋਈਆਂ, ਕਿਹੜੀ ਕਿਹੜੀ ਤੁਹਾਨੂੰ ਵਾਕਿਆ ਯਾਦ ਆਉਂਦੇ ਨੇ? ਜਦੋਂ ਅੰਤਿਮ ਸੰਸਕਾਰ ਹੋਇਆ ਤਾਂ ਉਸ ਵਕਤ ਕੀ ਕੁਛ ਤੁਹਾਨੂੰ ਯਾਦ ਆਇਆ, ਕਿਹੜੀ ਮੀਟਿੰਗਸ ਤੁਹਾਨੂੰ ਯਾਦ ਆਈਆਂ? ਦੇਖੋ ਜੀ, ਬਹੁਤ ਜ਼ਿਆਦਾ ਟਾਈਮ ਉਹਨਾਂ ਨੂੰ ਮਿਲਿਆ ਮੈਂ, ਬਟ ਇੱਕ ਵਾਕਿਆ ਜ਼ਰੂਰ ਮੈਨੂੰ ਯਾਦ ਆਉਂਦਾ। 2014 ਦੇ ਵਿੱਚ ਮੈਨੂੰ ਇੰਜਰੀ ਹੋਈ ਸੀ, ਨੈਸ਼ਨਲ ਸਟੇਡੀਅਮ ਦੇ ਵਿੱਚ ਅਸੀਂ ਮਿਲੇ, ਅਤੇ ਉਦੋਂ ਉਹਨਾਂ ਨੇ ਕਿਹਾ ਕਿ ਵਟ ਹੈਪਨ, ਕੀ ਹੋਇਆ ਤੈਨੂੰ? ਮੈਂ ਕਿਹਾ ਮੇਰੀ ਇੰਜਰੀ ਹੋਈ ਹੈ। ਸੋ ਹੀ ਸੈਡ ਕਿ ਤੇਰੇ ਵਰਗੇ ਪਲੇਅਰ ਛੋਟੀ ਮੋਟੀ ਇੰਜਰੀ ਨੂੰ ਸਮਝਦੇ ਨਹੀਂ ਹੈ, ਐਂਡ ਹੀ ਨੋਜ਼ ਮਾਈ ਜਰਨੀ, ਜਿਹੜੀ ਮੇਰੀ ਜਰਨੀ ਸੀ, ਮੈਂ ਤੇਰੀ ਜਰਨੀ ਨੂੰ ਜਾਣਦਾ, ਬਟ ਐਵੇਂ ਦੀਆਂ ਚੀਜ਼ਾਂ ਤੋਂ ਨਿਕਲ ਕੇ ਹੋਰ ਵੀ ਪਲੇਅਰਾਂ ਨੂੰ ਇੰਸਪਾਇਰ ਕਰੋ, ਜਿਹਦੇ ਨਾਲ ਕਿ ਅਸੀਂ ਮੈਕਸੀਮਮ ਟੂ ਮੈਕਸੀਮਮ ਸਪੋਰਟਸ ਪਰਸਨ ਤਿਆਰ ਕਰੀਏ, ਅਤੇ ਦੇਸ਼ ਲਈ ਉਹ ਰੀਪ੍ਰਜੈਂਟ ਕਰਨ ਅਤੇ ਮੈਡਲ ਜਿੱਤਣ। ਕੈਮਰਾਮੈਨ ਧਰਮਵੀਰ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।